ਸਰ ਦੱਸੋ ਅੱਜ ਪ੍ਰੋਟੈਸਟ ਹੋ ਰਿਹਾ, ਜਾਣਕਾਰੀ ਹੈ ਕਿ ਕਿਉਂ ਹੋ ਰਿਹਾ? ਜਾਣਕਾਰੀ ਬਿਲਕੁਲ ਜਾਣਕਾਰੀ ਹੈ ਜੀ। ਕੀ ਕਾਰਨ ਹੈ ਬੀਜੇਪੀ ਪ੍ਰੋਟੈਸਟ ਕਰ ਰਹੀ ਹੈ? ਬੀਜੇਪੀ ਇੱਦਾਂ ਦੀ ਪਾਰਟੀ ਹੈ ਕਿ ਜ਼ਮੀਨੀ ਸਤਰ 'ਤੇ ਕੰਮ ਕਰਦੀ ਆਈ ਹੈ, ਇਹ ਲਾਰੇਬਾਜ਼ੀ ਵਾਲਾ ਕੰਮ ਕੋਈ ਨਹੀਂ ਕਰਦਾ। ਜਿਹੜਾ ਪੰਜਾਬ ਸਰਕਾਰ ਲਾਰੇਬਾਜ਼ੀ ਲਾ ਰਹੀ ਹੈ ਨਾ, ਇੱਦਾਂ ਸਾਨੂੰ ਸਰਕਾਰ ਨਹੀਂ ਚਾਹੀਦੀ ਹੈ। ਅੱਜ ਦੀ ਜਿਹੜੀ ਪ੍ਰੋਟੈਸਟ ਚੱਲ ਰਿਹਾ, ਇਹ ਡੀਸੀ ਆਫਿਸ ਦਾ ਘਿਰਾਓ ਕਰਨਾ ਸੀਗਾ ਆਪਾਂ। ਕਿਸ ਗੱਲ ਕਰ? ਇਹ ਜਿਹੜੀ ਘਿਰਾਓ ਹੈਗਾ, ਇਹਦਾ ਮਤਲਬ ਮਕਸਦ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਸੀਗੀ, ਉਹ ਆਪਾਂ ਉਹਦੇ ਅਕੋਰਡਿੰਗ ਵਾਸਤੇ ਸਾਰੇ ਇਕੱਠੇ ਹੋ ਰਹੇ ਆ। ਮੰਨ ਲਿਆ ਤੁਸੀਂ ਬੀਜੇਪੀ ਦੀ ਸਪੋਰਟ ਕਰਦੇ ਹੋ, ਪਰ ਤੁਹਾਨੂੰ ਪਤਾ ਹੈ ਕਿ ਕਿਉਂ ਦੇਣ ਆਏ ਹੋ ਮੰਗ ਪੱਤਰ? ਸੋ ਨਹੀਂ ਪਤਾ ਤੁਹਾਨੂੰ ਪਤਾ ਕਿ ਕੀ ਕਾਰਨ ਹੈ ਮੰਗ ਪੱਤਰ ਦਿੱਤਾ ਜਾ ਰਿਹਾ, ਕੀ ਮੁੱਦੇ ਨੇ? ਸਰ ਜਿਹੜਾ ਐਕਸਰਸਾਈਜ਼ ਹੈ, ਇਹ ਮਾਨ ਸਰਕਾਰ ਦੀ ਜਿਹੜੀ ਹੈਗੀ ਪੋਲਸੀ ਹੈ, ਇਹ ਬਹੁਤ ਹੀ ਨਿਕੰਮੀ ਪੋਲਸੀ ਹੈ, ਤੁਹਾਨੂੰ ਪਤਾ ਹੀ ਹੈ। ਜਿਹੜਾ ਇਸੀ ਪੋਲਸੀ ਦੇ ਤਹਿਤ ਮਨੀਸ਼ ਸਿਸੋਦੀਆ ਜੇਲ੍ਹ ਦੇ ਵਿੱਚ ਬੈਠਾ ਹੈ। ਬੀਜੇਪੀ ਦੀ ਕੀ ਮੰਗ ਹੈ, ਕੀ ਚਾਹੁੰਦੀ ਹੈ ਬੀਜੇਪੀ? ਬੀਜੇਪੀ ਸਾਡੀ ਇਹੀ ਮੰਗ ਹੈ, ਇਹ ਜਿਹੜੀ ਮਾਨ ਸਰਕਾਰ ਸੁੱਤੀ ਪਈ ਹੈ, ਅਸੀਂ ਜਗਾਉਣਾ ਨੂੰ, ਅਤੇ ਇਹ ਜਿਹੜੀ ਐਕਸਾਈਜ਼ ਪੋਲਸੀ ਜਿਹੜੀ ਹੈਗੀ ਨਾ, ਇਹ ਪੰਜਾਬ 'ਚ ਵੀ ਖਤਮ ਕੀਤੀ ਜਾਵੇ ਇਹਨਾਂ ਦੀ। ਇਹ ਪੰਜਾਬ ਦੇ ਰਾਜਸਵ ਨੂੰ ਬਹੁਤ ਘਾਟਾ ਪੈ ਰਿਹਾ ਹੈ ਪੰਜਾਬ ਨੂੰ। ਤੁਸੀਂ ਵੇਖ ਸਕਦੇ ਹੋ ਕਿ ਬੀਜੇਪੀ ਦਾ ਪ੍ਰੋਟੈਸਟ ਚੱਲ ਰਿਹਾ ਪੰਜਾਬ ਸਰਕਾਰ ਦੇ ਖਿਲਾਫ, ਜਿੱਥੇ ਤਮਾਮ ਵੱਡੇ ਲੀਡਰ ਪਹੁੰਚੇ ਨੇ, ਉਸਦੇ ਨਾਲ ਨਾਲ ਆਮ ਲੋਕ ਵੀ ਜਿਹੜੇ ਨੇ ਇੱਥੇ ਸ਼ਿਰਕਤ ਕਰ ਰਹੇ ਨੇ। ਸੋ ਮੇਰੇ ਪਿੱਛੇ ਤਸਵੀਰਾਂ ਦੇ ਜ਼ਰੀਏ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਗਰੁੱਪ ਜਿਹੜਾ ਪਹੁੰਚਿਆ ਹੈ ਪੰਜਾਬ ਸਰਕਾਰ ਦੇ ਖਿਲਾਫ ਵੀ ਨਾਅਰੇ ਲੱਗਣੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਹਾਂਜੀ ਸਰ, ਤੁਹਾਡਾ ਸਵਾਗਤ ਹੈ। ਸਵਾਗਤ ਹੈ ਟਾਈਮ 'ਤੇ। ਹਾਂਜੀ ਸਰ, ਦੱਸੋ ਅੱਜ ਪ੍ਰੋਟੈਸਟ ਹੋ ਰਿਹਾ, ਜਾਣਕਾਰੀ ਹੈ ਕਿ ਕਿਉਂ ਹੋ ਰਿਹਾ? ਜਾਣਕਾਰੀ ਬਿਲਕੁਲ ਜਾਣਕਾਰੀ ਹੈ ਜੀ। ਕੀ ਕਾਰਨ ਹੈ ਬੀਜੇਪੀ ਪ੍ਰੋਟੈਸਟ ਕਰ ਰਹੀ ਹੈ? ਬੀਜੇਪੀ ਇੱਦਾਂ ਦੀ ਪਾਰਟੀ ਹੈ ਕਿ ਜ਼ਮੀਨੀ ਸਤਰ 'ਤੇ ਕੰਮ ਕਰਦੀ ਆਈ ਹੈ, ਇਹ ਲਾਰੇਬਾਜ਼ੀ ਵਾਲਾ ਕੰਮ ਕੋਈ ਨਹੀਂ ਕਰਦਾ। ਜਿਹੜਾ ਪੰਜਾਬ ਸਰਕਾਰ ਲਾਰੇਬਾਜ਼ੀ ਲਾ ਰਹੀ ਹੈ ਨਾ, ਇੱਦਾਂ ਸਾਨੂੰ ਸਰਕਾਰ ਨਹੀਂ ਚਾਹੀਦੀ ਹੈ। ਅੱਜ ਦਾ ਜਿਹੜਾ ਪ੍ਰੋਟੈਸਟ ਬੀਜੇਪੀ ਵੱਲੋਂ ਕੀਤਾ ਗਿਆ, ਉਸ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਓ ਕਿ ਕਿਉਂ ਕੀਤਾ ਗਿਆ ਪ੍ਰੋਟੈਸਟ? ਅੱਜ ਦੀ ਜਿਹੜੀ ਪ੍ਰੋਟੈਸਟ ਚੱਲ ਰਿਹਾ, ਇਹ ਡੀਸੀ ਆਫਿਸ ਦਾ ਘਿਰਾਓ ਕਰਨਾ ਸੀਗਾ ਆਪਾਂ। ਕਿਸ ਗੱਲ ਕਰ? ਇਹ ਜਿਹੜੀ ਘਿਰਾਓ ਹੈਗਾ, ਇਹਦਾ ਮਤਲਬ ਮਕਸਦ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਸੀਗੀ, ਉਹ ਆਪਾਂ ਉਹਦੇ ਅਕੋਰਡਿੰਗ ਵਾਸਤੇ ਸਾਰੇ ਇਕੱਠੇ ਹੋ ਰਹੇ ਆ। ਸਾਰੀ ਇਨਫੋਰਮੇਸ਼ਨ ਸਾਡੇ ਜ਼ਿਲ੍ਹਾ ਪ੍ਰਧਾਨ, ਮੁੱਦਾ ਤਾਂ ਹੋਏਗਾ ਜਿਸ ਕਰਕੇ ਤੁਸੀਂ ਇਕੱਠੇ ਹੋਏ ਹੋ, ਕੀ ਕਾਰਨ ਹੈ ਇੱਥੇ ਇਕੱਠੇ ਹੋਣ ਦਾ? ਮੰਗ ਪੱਤਰ ਕਿਹੜੀ ਗੱਲ ਤੋਂ ਦਿੱਤਾ ਜਾਣਾ? ਇਹ ਮੰਗ ਪੱਤਰ ਇਹ ਦਿੱਤਾ ਜਾ ਰਿਹਾ ਕਿ ਸਾਡਾ ਸਭ ਤੋਂ ਸੀਨੀਅਰ ਜਿਹੜੇ ਹੈਗੇ ਲੀਡਰ, ਉਹ ਸਾਡੀ ਇਨਫੋਰਮੇਸ਼ਨ ਦੇਣਗੇ, ਆਪਾਂ ਸੀ ਵਰਕਰ ਸਾਡਾ। ਯਾਨੀ ਕਿ ਤੁਹਾਨੂੰ ਸਹੀ ਮਾਇਨੇ 'ਚ ਨਹੀਂ ਪਤਾ, ਤੁਹਾਨੂੰ ਪਤਾ ਅੱਜ ਜਿਹੜਾ ਮੰਗ ਪੱਤਰ ਦੇਣਾ ਕਿਉਂ ਦੇਣਾ? ਤੁਸੀਂ ਪ੍ਰੋਟੈਸਟ ਦੇ ਵਿੱਚ ਆਏ ਹੋ, ਕਿਉਂ ਆਏ ਹੋ? ਬੀਜੇਪੀ ਦਾ ਸਪੋਰਟਰ ਹੈ। ਬੀਜੇਪੀ ਤੋਂ ਸਪੋਰਟਰ? ਮੰਨ ਲਿਆ ਤੁਸੀਂ ਬੀਜੇਪੀ ਦੀ ਸਪੋਰਟ ਕਰਦੇ ਹੋ, ਪਰ ਤੁਹਾਨੂੰ ਪਤਾ ਹੈ ਕਿ ਕਿਉਂ ਦੇਣਾ ਹੈ ਮੰਗ ਪੱਤਰ? ਸੋ ਨਹੀਂ ਪਤਾ। ਸੋ ਕੁਝ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਵੇਖ ਸਕਦੇ ਹੋ ਕਿ ਬੀਜੇਪੀ ਪਾਰਟੀ ਤੋਂ ਜਿਹੜੇ ਵਰਕਰ ਨੇ ਉਹ ਪਹੁੰਚ ਰਹੇ ਨੇ। ਸਰ ਅੱਜ ਪ੍ਰੋਟੈਸਟ ਦੇ ਵਿੱਚ ਸ਼ਮੂਲੀਅਤ ਕੀਤੀ ਹੈ, ਤੁਹਾਨੂੰ ਪਤਾ ਕਿ ਕੀ ਕਾਰਨ ਹੈ ਮੰਗ ਪੱਤਰ ਦਿੱਤਾ ਜਾ ਰਿਹਾ, ਕੀ ਮੁੱਦੇ ਨੇ? ਸਰ ਜਿਹੜਾ ਐਕਸਰਸਾਈਜ਼ ਹੈ, ਇਹ ਮਾਨ ਸਰਕਾਰ ਦੀ ਜਿਹੜੀ ਹੈਗੀ ਪੋਲਸੀ ਹੈ, ਇਹ ਬਹੁਤ ਹੀ ਨਿਕੰਮੀ ਪੋਲਸੀ ਹੈ, ਤੁਹਾਨੂੰ ਪਤਾ ਹੀ ਹੈ। ਜਿਹੜਾ ਇਸੀ ਪੋਲਸੀ ਦੇ ਤਹਿਤ ਮਨੀਸ਼ ਸਿਸੋਦੀਆ ਜੇਲ੍ਹ ਦੇ ਵਿੱਚ ਬੈਠਾ ਹੈ, ਅਤੇ ਨਾਲੇ ਇਹ ਨਿਕੰਮੀ ਸਰਕਾਰ ਹੈ। ਅਸੀਂ ਨਿਕੰਮੀ ਸਰਕਾਰ ਨੂੰ, ਜਿਹੜੀ ਸੁੱਤੀ ਪਈ ਸਰਕਾਰ ਹੈ, ਇਹਨੂੰ ਜਗਾਉਣ ਲਈ ਆਏ ਹੈ, ਉਠਾਉਣ ਲਈ ਆਏ ਹੈ। ਇਹ ਬਹੁਤ ਹੀ ਮਤਲਬ ਕਿ ਇੱਕ ਅੱਜ ਤੱਕ ਉਹੀ ਇਹੀ ਨਿਕੰਮੀ ਸਰਕਾਰ ਪੰਜਾਬ 'ਚ ਕਦੇ ਨਹੀਂ ਆਈ, ਜਿਹਨੇ ਪੰਜਾਬ ਇਹਨੇ ਪੰਜਾਬ ਨੂੰ ਖਾਲੀ ਕਰਤਾ ਨੇ। ਬੀਜੇਪੀ ਦੀ ਕੀ ਮੰਗ ਹੈ, ਕੀ ਚਾਹੁੰਦੀ ਹੈ ਬੀਜੇਪੀ? ਬੀਜੇਪੀ ਸਾਡੀ ਇਹੀ ਮੰਗ ਹੈ, ਇਹ ਜਿਹੜੀ ਮਾਨ ਸਰਕਾਰ ਸੁੱਤੀ ਪਈ ਹੈ, ਅਸੀਂ ਜਗਾਉਣਾ ਨੂੰ, ਅਤੇ ਇਹ ਜਿਹੜੀ ਐਕਸਾਈਜ਼ ਪੋਲਸੀ ਜਿਹੜੀ ਹੈਗੀ ਨਾ, ਇਹ ਪੰਜਾਬ 'ਚ ਵੀ ਖਤਮ ਕੀਤੀ ਜਾਵੇ ਇਹਨਾਂ ਦੀ। ਇਹ ਪੰਜਾਬ ਦੇ ਰਾਜਸਵ ਨੂੰ ਬਹੁਤ ਘਾਟਾ ਪੈ ਰਿਹਾ ਹੈ ਪੰਜਾਬ ਨੂੰ। ਸੋ ਤੁਸੀਂ ਵੇਖ ਸਕਦੇ ਹੋ ਕਿ ਲੋਕ ਪਹੁੰਚ ਰਹੇ ਨੇ ਇੱਥੇ, ਕੁਝ ਨੌਜਵਾਨ ਵੀ ਇੱਥੇ ਖੜ੍ਹੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਇਹ ਜਿਹੜਾ ਮੰਗ ਪੱਤਰ ਦੇਣ ਦੇ ਲਈ ਇੱਥੇ ਧਰਨਾ ਦਿੱਤਾ ਜਾ ਰਿਹਾ, ਇਕੱਠ ਹੋ ਰਿਹਾ। ਸੋ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ। ਹਾਂਜੀ, ਤੁਸੀਂ ਇੱਥੇ ਅੱਜ ਪ੍ਰੋਟੈਸਟ ਦੇ ਵਿੱਚ ਆਏ ਹੋ? ਨਹੀਂ, ਮੈਂ ਕੁਝ ਨਹੀਂ ਬੋਲਣਾ ਚਾਹੁੰਦਾ। ਸੋ ਕਿਉਂ ਆਏ ਹੋ ਅੱਜ ਇੱਥੇ ਡੀਸੀ ਆਫਿਸ? ਡੀਸੀ ਆਫਿਸ ਲਈ ਆਇਆ ਆਪਾਂ, ਠੀਕ ਹੈ। ਕੋਈ ਵੀ ਕੰਮ ਨਾ ਸਹੀ ਤਰੀਕੇ ਨਾਲ ਹੋ ਨਹੀਂ ਰਿਹਾ, ਸਾਡੇ ਗੰਦਾ ਪਾਣੀ ਅਸੀਂ ਬਹਿਦਾ ਰਹਤਾ, ਕੋਈ ਦੇਖਭਾਲ ਨਹੀਂ ਹੈ, ਗੰਦਾ ਪਾਣੀ ਬਹਿਦਾ ਦਿਨ ਭਰ।
ਘੱਟੋ ਘੱਟ ਨਹੀਂ ਤਾਂ ਅੱਜ ਨਾਲ 4 ਸਾਲ ਹੋ ਗਏ, 4 ਸਾਲ ਤੋਂ ਨਾ ਸਾਡੀ ਗਲੀ 'ਚ ਚਲੇ ਜਾਓ, ਗਲੀ 'ਚ ਇੰਨੇ ਗੱਟਰ ਖਰਾਬ, ਇੰਨੇ ਸਾਰਾ ਰੋਡ ਤਾਂ ਸਹੀ ਨਹੀਂ ਹੋਇਆ, ਰੋਡ ਦੀ ਤਾਂ ਤੁਸੀਂ ਗੱਲ ਛੱਡੋ। ਕਿਸ ਨੂੰ ਕਾਰਨ ਮੰਨਦੇ ਹੋ ਤੁਸੀਂ? ਕਾਰਨ ਮੰਨ ਰਹੇ ਆ ਜਿਹੜਾ ਸਰਕਾਰ ਬਣਿਆ ਹੋਇਆ। ਕੀ ਕਰਨਾ ਤੁਸੀਂ? ਵੋਟ ਪਾਈ ਸੀ, ਵੋਟ ਬਣੀ ਆ ਤੁਹਾਡੀ? ਆਈ ਆ ਸਾਰਿਆਂ ਨੂੰ। ਕਿਹਨੂੰ ਪਾਈ ਸੀ ਵੋਟ? ਵੋਟ ਬੀਜੇਪੀ ਨੂੰ ਪਾਈ ਆ, ਪਤਾ ਬੀਜੇਪੀ ਨੇ ਸਪੋਰਟ ਸਾਰੇ ਬੀਜੇਪੀ ਨੇ ਪਾਈ ਆ ਵੋਟ ਤਾਂ। ਤੁਸੀਂ ਵੋਟ ਬੀਜੇਪੀ ਨੂੰ ਪਾਈ ਆ? ਹਾਂਜੀ। ਆਪਣੀ ਗਲੀ ਮੈਂ ਆ ਜਾ ਸੜਕ ਕੰਮ ਖੱਡੇ ਬਹੁਤ ਜ਼ਿਆਦਾ ਹੈ ਔਰ ਪੈਸਾ ਗੰਦਾ ਪਾਣੀ ਅਸੀਂ ਪੈ ਜਾਂਦਾ ਹੈ। ਮੇਰੀ ਗਲੀ ਕੇ ਆਦੇ ਬੰਦੇ ਸਿਵਲ ਨੂੰ ਭਰਤੀ ਹੋ ਜਾਂਦੇ ਭਾਈ, ਬਿਮਾਰ ਪੜ ਕੋਣ ਬਤਾ। ਬਿਮਾਰ ਪੜ ਕੇ ਸੋਏ ਲੋਕ ਜ਼ਰੂਰ ਇੱਥੇ ਖੜੇ ਨੇ, ਪਰ ਉਹਨਾਂ ਨੂੰ ਅਸਲ ਮੁੱਦੇ ਨਹੀਂ ਪਤਾ ਕਿ ਕਿਉਂ ਇਹ ਪ੍ਰੋਟੈਸਟ ਅੱਜ ਕੀਤਾ ਜਾ ਰਿਹਾ। ਵੇਖ ਸਕਦੇ ਹੋ ਸਾਰੇ ਜਿਹੜੇ ਨੌਜਵਾਨ ਨੇ 20 ਤੋਂ ਸ਼ਾਇਦ 22 ਸਾਲ ਦੀ ਉਮਰ ਦੇ ਨੇ, ਇਸ ਧਰਨੇ ਦੇ ਵਿੱਚ ਜ਼ਰੂਰ ਆਏ ਨੇ, ਪਰ ਇਹਨਾਂ ਨੂੰ ਐਕਚੁਅਲ ਦੇ ਵਿੱਚ ਇਹ ਨਹੀਂ ਪਤਾ ਕਿ ਧਰਨਾ ਕਿਉਂ ਦਿੱਤਾ ਜਾ ਰਿਹਾ। ਸੋ ਜ਼ਰੂਰ ਬੀਜੇਪੀ ਦੇ ਸਪੋਰਟਰਸ ਨੇ, ਤੁਸੀਂ ਵੇਖ ਸਕਦੇ ਹੋ ਨਾਅਰੇ ਵੀ ਲੱਗ ਰਹੇ ਨੇ, ਚਾਹੇ ਪੰਜਾਬ ਸਰਕਾਰ ਦੇ ਖਿਲਾਫ਼ ਨਾਅਰਿਆਂ ਦੀ ਗੱਲ ਹੋਵੇ, ਸੋ ਜਾਂ ਬੀਜੇਪੀ ਦੇ ਹੱਕ ਦੇ ਵਿੱਚ ਨਾਅਰਿਆਂ ਦੀ ਗੱਲ ਹੋਵੇ। ਕੈਮਰਾਮੈਨ ਸਤਵੰਦ ਮਠਾੜੂ ਦੇ ਨਾਲ ਅਮਨ ਸਿੰਘ, ਲੁਧਿਆਣਾ ਟਾਈਮਜ਼।